ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਪਲੱਸ ਟੀਵੀ ਤੇ ਮੈਂ ਹਾਂ ਗੁਰਦੇਵ ਢੱਲੇਵਾਲ ਲੈ ਕੇ ਹਾਜ਼ਰ ਹੋ ਗਿਆ ਜੀ ਇੱਕ ਹੋਰ ਨਵੀਂ ਕਿਸ਼ਤ ਇੱਕ ਹੋਰ ਨਵਾਂ ਐਪੀਸੋਡ ਇੱਕ ਹੋਰ ਨਵੀਂ ਸ਼ਖਸੀਅਤ ਦੇ ਨਾਲ ਅੱਜ ਸਾਡੇ ਨਾਲ ਹੋਣਗੇ ਜੀ ਨੌਜਵਾਨ ਕਵੀ ਨੇ ਨਵਦੀਪ ਸਿੰਘ ਮੁੰਡੀ ਹੋਈ ਇਹ ਪਿੱਛੇ ਜੇ ਥੋੜੇ ਦਿਨ ਪਹਿਲਾਂ ਥੋੜੇ ਮਹੀਨੇ ਪਹਿਲਾਂ ਉਹਦੀ ਕਿਤਾਬ ਆਈ ਹੈ ਚੁੱਪ ਦੀ ਕਥਾ ਜਿਸ ਦੀ ਸੱਤ ਕਲਕਿਆਂ ਦੇ ਵਿੱਚ ਬਹੁਤ ਚਰਚਾ ਹੋਈ ਉਸ ਤੋਂ ਬਾਅਦ ਉਹਨਾਂ ਨੇ ਅਨਵਾਦ ਦੇ ਖੇਤਰ ਵਿੱਚ ਵੀ ਇੱਕ ਕਿਤਾਬ ਇਹਨਾਂ ਦੀ ਹੋਰ ਆ ਚੁੱਕੀ ਆ ਸੋ ਜਿੱਥੇ ਉਹ ਬਹੁਤ ਵਧੀਆ ਕਵੀ ਨੇ ਉੱਥੇ ਬੜੇ ਪਿਆਰੇ ਇਨਸਾਨ ਨੇ ਅੱਜ ਗੱਲਬਾਤ ਕਰਾਂਗੇ ਉਹਨਾਂ ਨਾਲ ਉਹਨਾਂ ਦੀ ਕਵਤਾ ਬਾਰੇ ਅਨਵਾਦ ਬਾਰੇ ਤੇ ਹੋਰ ਬਾਕੀ ਢੇਰ ਸਾਰੀਆਂ ਗੱਲਾਂ ਹੋਣਗੀਆਂ ਸੋ ਪਹਿਲਾਂ ਉਹਨਾਂ ਦਾ ਸਵਾਗਤ ਕਰ ਲਈਏ ਤੇ ਫਿਰ ਕਰਦੇ ਹਾਂ ਗੱਲਬਾਤ ਭਾਈ ਜੀ ਬਹੁਤ ਬਹੁਤ ਸਵਾਗਤ ਮਾਤਾ ਹਨਮਾ ਜੀ ਆਪਾਂ ਗੱਲਬਾਤ ਕਰਾਂਗੇ ਅੱਜ ਤੁਹਾਡੀ ਕਵਤਾ ਬਾਰੇ ਜੀ ਜੀ ਤੁਹਾਡੇ ਹੁਣ ਤੱਕ ਦੇ ਜੋ ਸਹਿਤਕ ਸਫਰ ਬਾਰੇ ਪਰ ਉਸ ਤੋਂ ਪਹਿਲਾਂ ਮੈਂ ਚਾਹੁੰਦਾ ਵੀ ਤੁਸੀਂ ਇੱਕ ਕਵਤਾ ਜਾਂ ਕੋਈ ਨਜ਼ਮ ਆਪਣੀ ਜਿਹੜੀ ਸਾਡੇ ਦਰਸ਼ਕਾਂ ਨਾਲ ਸਾਂਝ ਪਾਓ ਤਾਂ ਕਿ ਜਿਹੜੇ ਤੁਹਾਡੀ ਕਵਤਾ ਤੋਂ ਉਹ ਸਾਡੇ ਦਰਸ਼ਕ ਵੀ ਵਕਫ ਹੋ ਸਕਣ ਜੀ ਜੀ ਮੈਂ ਤੁਹਾਨੂੰ ਆਪਣੀ ਕਵਿਤਾ ਸ਼ਹੀਦ ਉਦਮ ਸਿੰਘ ਸੁਣਾਉਣਾ ਜੀ ਜੀ ਉਦਮ ਸਿਆਂ ਤੂੰ ਅੱਜ ਵੀ ਜਿਉਂਦਾ ਹੈ ਤੇ ਅਸੀਂ ਜਿਉਂਦੇ ਵੀ ਮਰਿਆਂ ਵਰਗੇ ਵਾਹ ਜੀ ਵਾਹ ਉਦਮ ਸਿਆਂ ਤੂੰ ਅੱਜ ਵੀ ਜਿਉਂਦਾ ਹੈ ਤੇ ਅਸੀਂ ਜਿਉਂਦੇ ਵੀ ਮਰਿਆਂ ਵਰਗੇ ਸਾਡਾ ਦੇਸ਼ ਪ੍ਰਤੀ ਕੋਈ ਨਿਸ਼ਾਨਾ ਨਹੀਂ ਤੂੰ ਮਿੱਥੇ ਨਿਸ਼ਾਨੇ ਸਭ ਸਰ ਕਰਤੇ ਤੂੰ ਲੰਡਨੋਂ ਅਡ ਵਾਇਰ ਲੱਭ ਲਿਆ ਅਸੀਂ ਆਪਣੇ ਅੰਦਰਲਾ ਅਡਵਾਈਜ਼ਰ ਲੱਭਿਆ ਹੀ ਨਹੀਂ ਤੂੰ ਭਾਰਤ ਦੀ ਆਜ਼ਾਦੀ ਦਾ ਅਨਮੋਲ ਰਤਨ ਅਸੀਂ ਮੈਨੂੰ ਆਪਣੇ ਵਿੱਚੋਂ ਕੱਢਿਆ ਹੀ ਨਹੀਂ ਤੂੰ ਮੁਹੰਮਦ ਸਿੰਘ ਆਜ਼ਾਦ ਆਪਣਾ ਨਾਮ ਐਵੇਂ ਹੀ ਨਹੀਂ ਰੱਖਿਆ ਸੀ ਅਸੀਂ ਤਾਂ ਦਿੱਲੀ ਤੇ ਗੋਦਰਾ ਜਿਹੇ ਹਾਦਸੇ ਕਰਨ ਤੋਂ ਟਲੇ ਹੀ ਨਹੀਂ ਤੂੰ ਤਾਂ ਕਹਿੰਦਾ ਸੀ ਆਜ਼ਾਦੀ ਮਿਲੇ ਇਨਸਾਫ ਮਿਲੇ ਰੋਜ਼ਗਾਰ ਮਿਲੇ ਪਰ ਅਫਸੋਸ ਤੇਰੇ ਸੁਪਨਿਆਂ ਦਾ ਭਾਰਤ ਤਾਂ ਜੇ ਬਣਿਆ ਹੀ ਨਹੀਂ ਬਹੁਤ ਵਧੀਆ ਜੀ ਬਹੁਤ ਅੱਛਾ ਖਿਆਲ ਬਾਕਮਾਲ ਤੇ ਆਪਾਂ ਗੱਲਬਾਤ ਕਵਤਾ ਦੀ ਇੱਥੋਂ ਸ਼ੁਰੂ ਕਰਦੇ ਪਹਿਲਾਂ ਤੇ ਤੁਸੀਂ ਇੱਕ ਸਵਾਲ ਮੇਰਾ ਤੁਹਾਨੂੰ ਤੁਹਾਡੀ ਪਛੋਕੜ ਨੂੰ ਲੈ ਕੇ ਤੁਸੀਂ ਕਿੱਥੋਂ ਤੁਹਾਡੀ ਬੈਕਗ੍ਰਾਉਂਡ ਜੇ ਮੇਰਾ ਪਿੰਡ ਕਦੋਂ ਹੈ ਜੀ ਦਰਾਹੇ ਦੇ ਕੋਲ ਜੀ ਤੇ ਪਰ ਪਿਤਾ ਜੀ ਨੌਕਰੀ ਦੇ ਸਿਲਸਲੇ 'ਚ ਚੰਡੀਗੜ੍ਹ ਆ ਗਏ ਸੀ ਫਿਰ ਚੰਡੀਗੜ੍ਹ ਤੋਂ ਅਸੀਂ ਪਟਿਆਲੇ ਹੁਣ ਪੱਕੇ ਤੌਰ ਤੇ ਪਟਿਆਲੇ ਹੀ ਰਹਿ ਰਹੇ ਆ ਜੀ ਤੇ ਇਹ اچھا ਜੀ ਤੇ ਜਿਹੜੀ ਸਾਹਿਤ ਨਾਲ ਜਿਹੜੀ ਤੁਹਾਡੀ ਸਾਹਿਤਿਕ ਨਾਲ ਲਗਨ ਕਹਿ ਲੋ ਜਾਂ ਚੇਟਕ ਤੁਹਾਨੂੰ ਕਿਹੜੀ ਉਮਰ ਚ ਲੱਗਦੀ ਆ ਕਿਵੇਂ ਲੱਗਦੀ ਆ ਇਹ ਗੱਲ ਇਹ ਹੈ ਜੀ ਮੇਰੇ ਫਾਦਰ ਸਾਹਿਬ ਆਪ ਲਿਖਦੇ ਨੇ ਜੀ ਉਹਨਾਂ ਦੀਆਂ 7 ਕਿਤਾਬਾਂ ਨੇ ਸਦਾ ਜਾਗਰ ਸਿੰਘ ਤੇ ਉਹਨਾਂ ਦੇ ਨਾਲ ਇਹ ਘਰ ਚ ਮਾਹੌਲ ਸੀਗਾ ਪਹਿਲਾਂ ਉਹ ਉਸ ਜਾਗਰਤੀ ਸਰਕਾਰੀ ਮੈਗਜ਼ੀਨ ਦੇ ਸੰਪਾਦਕ ਰਹੇ ਨੇ ਆਪਣੇ ਜਮਾਨੇ ਚ ਵਹਿਣ ਮੈਗਜ਼ੀਨ ਕੱਢਦੇ ਰਹੇ ਨੇ ਦੋਸਤਾਨਾ ਮਿਲ ਕੇ ਤੇ ਫਿਰ ਮਿੱਟੀ ਮਾਲਵੇ ਦੀ ਮੈਗਜ਼ੀਨ ਇੱਕ ਕੱਢਦੇ ਰਹੇ ਨੇ ਉਹ ਬਸ ਉਹ ਕਦੇ ਉਹਨਾਂ ਨੇ ਜਦੋਂ ਕੋਈ ਆਰਟੀਕਲ ਲਿਖਣਾ ਹੁੰਦਾ ਤਾਂ ਮੈਨੂੰ ਕਈ ਵਾਰ ਉਹ ਬਿਠਾ ਲੈਂਦੇ ਤੇ ਮੈਂ ਟਾਈਪ ਕਰ ਦਿੰਦਾ ਤੇ ਉਸ ਦੌਰਾਨ ਹੀ ਮੈਨੂੰ ਝਟਕ ਲੱਗ ਗਈ ਤੇ ਇਹ ਰਾਤ ਤੇ ਤੁਰ ਪਿਆ ਅੱਛਾ ਜੀ ਸਹਿਤ ਲਿਖਣ ਦੀ ਗੱਲ ਤੋਂ ਪਹਿਲਾਂ ਮੈਂ ਸਹਿਤ ਪੜ੍ਹਨ ਦੀ ਗੱਲ ਵਾ ਲਾਵਾਂਗਾ ਵੀ ਤੁਸੀਂ ਮਤਲਬ ਕਿੰਨਾ ਕਵੀਆਂ ਤੋਂ ਕਹ ਲਓ ਕਿੰਨਾ ਸਹਿਤਕਾਰਾਂ ਤੋਂ ਤੁਸੀਂ ਜਿਆਦਾ ਪੰਜਾਬੀ ਦੇ ਜਿਹੜੇ ਸਹਿਤਕਾਰਾਂ ਦਾ ਨਾਮ ਲੈਣਾ ਵੀ ਕਿੰਨਾ ਤੋਂ ਜਿਆਦਾ ਪ੍ਰਭਾਵਿਤ ਹੋਏ ਮੈਂ ਨਵਤੇਜ ਭਾਰਤੀ ਜੀ ਨੂੰ ਉਹਨਾਂ ਦੀ ਕਵਿਤਾ ਮੈਨੂੰ ਬਹੁਤ ਪਸੰਦ ਆ ਜੀ ਉਹਨਾਂ ਤੋਂ ਬੜਾ ਪ੍ਰਭਾਵਿਤ ਹਾਂ ਤੇ ਡਾਕਟਰ ਅਮਰਜੀਤ ਕੌਂਕੇ ਆ ਉਹਨਾਂ ਦੀ ਕਵਿਤਾ ਦੀ ਰੂਹਾਨੀਅਤ ਬਹੁਤ ਖੂਬਸੂਰਤ ਹੈ ਤੇ ਉਹਨਾਂ ਦੀ ਕਵਿਤਾ ਤੇ ਪਰਮਿੰਦਰ ਸੋਢੀ ਜੀ ਐ ਜਾਂ ਡਾਕਟਰ ਦਰਸ਼ਨ ਬੁੱਟਰ ਜੀ ਐ ਹੋਰ ਬਹੁਤ ਸੂਹੇ ਅੱਖਰ ਐ ਨਵਾਂ ਮੁੰਡਾ ਉਹ ਬਹੁਤ ਸੋਹਣੀ ਲਿਖ ਰਿਹਾ ਜੀ ਆਪਾਂ ਮਤਲਬ ਜਿਹੜਾ ਜਿਹੜਾ ਵੀ ਆਪਣੇ ਸੰਪਰਕ ਚ ਆਂਦਾ ਹੈ ਜਾਂ ਉਸ ਤੋਂ ਪ੍ਰਭਾਵਿਤ ਹੋ ਜਾਂਨੇ ਆ ਕਿਤੇ ਨਾ ਕਿਤੇ ਜੀ 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 ਤੇ ਤੁਸੀਂ ਅੱਛਾ ਕਵਤਾ ਲਿਖਣ ਦੀ ਫਿਰ ਸ਼ੁਰੂਆਤ ਕਿਵੇਂ ਹੁੰਦੀ ਆ ਜਿਵੇਂ ਤੁਸੀਂ ਦੱਸਿਆ ਵੀ ਤੁਹਾਡੇ ਪਿਤਾ ਜੀ ਲਿਖ ਦੇ ਸਾਂ ਤੁਸੀਂ ਟਾਈਪ ਕਰਦੇ ਉੱਥੋਂ ਹੀ ਹੋ ਜਾਂਦਾ ਜਾਂ ਬਾਅਦ ਵਿੱਚ ਤੁਹਾਨੂੰ ਕਦੋਂ ਲੱਗਾ ਵੀ ਮੈਂ ਹੁਣ ਕਵਿਤਾ ਲਿਖ ਸਕਦਾ ਜਾਂ ਲਿਖਣੀ ਸ਼ੁਰੂ ਕੀਤੀ ਹਾਂ ਜੀ ਸ਼ੁਰੂਆਤ ਉਦੋਂ ਹੀ ਹੋਈ ਤੇ ਫਿਰ ਮੇਰਾ ਇੱਕ ਮਿੱਤਰ ਹੈ ਦਵਿੰਦਰ ਪਟਿਆਲ ਵੀ ਜੀ ਤੇ ਅਸੀਂ ਮੈਂ ਉਹਨਾਂ ਨੂੰ ਕਿਹਾ ਵੀ ਆਪਾਂ ਕੋਈ ਸੋਸ਼ਲ ਵੈਲਫੇਅਰ ਕਲੱਬ ਬਣਾਉਨੇ ਆ ਤੇ ਮੇਰਾ ਉੱਧਰ ਸੀਗਾ ਇੰਟਰਸਟ ਤੇ ਉਹ ਮੈਨੂੰ ਧੱਕੇ ਨਾਲ ਪੰਜਾਬੀ ਸੈਦ ਸਭਾ ਪਟਿਆਲਾ ਦੇ ਵਿੜੇ ਲੈ ਗਿਆ ਜੀ ਤੇ ਇੱਕ ਵਾਰ ਉੱਥੇ ਗਏ ਤੇ ਉਸ ਤੋਂ ਬਾਅਦ ਇਹ ਹੁਣ ਲਗਾਤਾਰ ਇਹ ਚੱਲ ਰਿਹਾ ਕਵਿਤਾ ਨੇ ਫਿਰ ਫੜ ਲਿਆ ਮੈਨੂੰ ਅੱਛਾ ਤੁਸੀਂ ਕਵਿਤਾ ਦੀ ਗੱਲ ਕੀਤੀ ਹਨਾ ਜਦੋਂ ਕਿ ਹੁਣ ਇਹ ਕਿਹਾ ਜਾ ਰਿਹਾ ਵੀ ਉਹ ਕਵਤਾ ਦਾ ਦੌਰ ਜਿਹੜਾ ਲੰਘ ਚੁੱਕਾ ਹਨਾ ਹੁਣ ਬਾਲੇ ਜਿਹੜੇ ਨਵੇਂ ਕਵੀ ਆ ਉਹ ਗਜ਼ਲ ਨੂੰ ਪ੍ਰੇਫਰੈਂਸ ਦੇ ਰਹੇ ਨੇ ਉਧਰ ਮੋੜ ਨੇ ਤੁਸੀਂ ਕਵਤਾਂ ਨੂੰ ਵੀ ਕਿਉਂ ਚੁਣਿਆ ਨਹੀਂ ਅਸਲ 'ਚ ਕਵਿਤਾ ਨੂੰ ਮੈਂ ਨਹੀਂ ਚੁਣਿਆ ਕਵਿਤਾ ਨੇ ਮੈਨੂੰ ਚੁਣਿਆ ਜੀ ਬਾਜੀ ਵਾ ਤੇ ਮੇਰਾ ਜਿਹੜਾ ਇਹ ਜਿਹੜੀ ਨਜ਼ਮ ਆ ਰਹੀ ਹੈ ਤੇ ਇਹ ਅੰਦਰੋਂ ਹੀ ਉਤਰ ਕੇ ਆਂਦੀ ਹੈ ਇਹ ਇਹ ਨਜ਼ਮ ਦੇ ਰੂਪ ਚ ਮੇਰੇ ਕੋਲ ਆਈ ਹੈ ਕਵਿਤਾ ਤੇ ਇਹੀ ਗੱਲ ਹੈ ਜੀ ਵੀ ਕਵਿਤਾ ਨੇ ਮੈਨੂੰ ਆਪ ਚੁਣਿਆ ਜੀ 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 ਮੈਂ ਤੁਹਾਡੀ ਕਵਿਤਾ ਜਿੰਨੀ ਪੜੀ ਮੈਨੂੰ ਲੱਗਾ ਵੀ ਬੜੇ ਸਿੰਪਲ ਸ਼ਬਦਾਂ ਦੇ ਵਿੱਚ ਬੜੇ ਡੂੰਘੇ ਅਰਥ ਨੇ ਹਾਂ ਕਈ ਵਾਰੀ ਅੱਜਕੱਲ ਦੇ ਕਵੀ ਤਾਂ ਬਾਲਾ ਵਧੀਆ ਲਿਖਣ ਦੀ ਕੋਸ਼ਿਸ਼ ਕਰ ਲੋ ਜਾਂ ਕਰ ਲੋ ਦਿਖਾਉਣ ਦੇ ਲਈ ਬੜੇ ਬੜੇ ਵਿੱਚ ਭਾਰੇ ਸ਼ਬਦ ਅਲੰਕਾਰ ਕਹਿ ਲੋ ਜਾਂ ਹੋਰ ਇਦਾਂ ਦਾ ਭਾਰੇ ਸ਼ਬਦ ਵਰਤਦੇ ਨੇ ਵੀ ਉਹ ਸਗੋਂ ਹੀ ਗੁੰਜਲਦਾਰ ਹੋ ਜਾਂਦੀ ਕਵਤਾ ਦੀ ਜੀ ਜੀ ਤੇ ਤੁਹਾਡੀ ਕਵਤਾ ਬਾਰੇ ਤੁਸੀਂ ਕੀ ਕਹੋਗੇ ਵੀ ਤੁਸੀਂ ਕਿਸ ਤਰ੍ਹਾਂ ਨਾਲ ਲਿਖਦੇ ਜੀ ਨੇ ਗੱਲ ਤਾਂ ਕਵਤਾ ਦਾ ਤਾਂ ਇਹੀ ਹੈ ਜੀ ਕਵਤਾ ਤਾਂ ਤੁਹਾਡੇ ਅੰਦਰੋਂ ਹੀ ਨਿਕਲਦੀ ਆ ਉਹੀ ਕਵਤਾ ਹੁੰਦੀ ਆ ਜਿਹੜੀ ਤੁਹਾਡੇ ਅੰਦਰੋਂ ਅੰਦਰੋਂ ਨਹੀਂ ਨਿਕਲੀ ਰੂਹ ਚੋਂ ਅੰਦਰੋਂ ਨਹੀਂ ਨਿਕਲੀ ਉਹ ਕਵਤਾ ਨਹੀਂ ਹੈ ਤੇ ਇਹ ਬੜੇ ਸੁੱਚੇ ਅਹਿਸਾਸ ਨੇ ਜੀ ਅੰਦਰੋਂ ਜੋ ਨਿਕਲਦਾ ਉਹ ਉਹੀ ਕਵਤਾ ਹੈ ਜਿਹੜੀ ਆਪਾਂ ਨੇਠ ਕੇ ਬਹਿ ਕੇ ਲਿਖਦੇ ਆ ਉਹ ਉਹ ਮੈਂ ਨਹੀਂ ਸਮਝਦਾ ਵੀ ਉਹ ਕਵਤਾ ਹੈ ਕਈ ਵਾਰ ਮਹੀਨੇ ਚ ਤੁਹਾਨੂੰ ਤਾਂ denn 4-4 ਕਵਿਤਾਵਾਂ ਆ ਜਾਂਦੀਆਂ ਨੇ 10 ਵੀ ਆ ਜਾਂਦੀਆਂ ਨੇ ਤੇ ਕਈ ਵਾਰ ਪੰਜ-ਪੰਜ ਮਹੀਨੇ ਕੋਈ ਹਫ਼ਤਾ ਹੀ ਨਹੀਂ ਤੁਹਾਡੇ ਕੋ ਆਉਂਦੀ ਜੀ ਜੀ ਤੇ ਅੱਛਾ ਮਤਲਬ ਤੁਸੀਂ ਇੱਕ ਹਫ਼ਤਾ ਦੇ ਉਤਰਨ ਦੀ ਗੱਲ ਕਰ ਰਹੇ ਹੋ ਨਾ ਉਹਦੀ ਆਮਦਨ ਦੀ ਗੱਲ ਕਰ ਰਹੇ ਜੀ ਕਿਵੇਂ ਹਾਲਾਮ ਹੁੰਦਾ ਅੱਛਾ ਕਿੱਦਾਂ ਤੁਸੀਂ ਤੁਹਾਨੂੰ ਕਬਤਾ ਕਿਵੇਂ ਆਉਂਦੀ ਹੈ ਮਤਲਬ ਵੀ ਕੋਈ ਮੰਨ ਲਓ ਪਹਿਲਾ ਬੰਦ ਆ ਗਿਆ ਜਿਵੇਂ ਉਹ ਉਸ ਤਰ੍ਹਾਂ ਆਉਂਦੀ ਜਾਂ ਕੋਈ ਆਈਡੀਆ ਤੁਹਾਡੇ ਮਾਈਂਡ ਚਲਦਾ ਵੀ ਮੈਂ ਇੱਥੇ ਲਿਖਣੀ ਆ ਜਾਂ ਬਦ ਇੱਕਦਮ ਵਿਚਾਰ ਕੇਂਦਰੀ ਵਿਚਾਰ ਕੋਈ ਕਲਿੱਕ ਕਰਦਾ ਇਹ ਕਿਤੇ ਨਾ ਕਿਤੇ ਆਪਣੇ ਅੰਦਰ ਇਹ ਚੱਲ ਰਿਹਾ ਹੁੰਦਾ ਜੀ ਆਪਾਂ ਜੋ ਦੇਖਦੇ ਆਂ ਸਮਾਜ ਚ ਜੋ ਜਿਹੜਾ ਵਰਤਾਰਾ ਆਪਾਂ ਨੂੰ ਟੁੰਬਦਾ ਹੂੰ ਜਿਹੜੇ ਜਿੱਥੇ ਆਪਾਂ ਨੂੰ ਕੋਈ ਮਹਿਸੂਸ ਹੁੰਦਾ ਤੇ ਉਹ ਅੰਦਰ ਆਪਣੇ ਚੱਲੀ ਜਾਂਦਾ ਹੌਲੀ ਹੌਲੀ ਉਹ ਕਵਿਤਾ ਦੀ ਸ਼ਕਲ ਚ ਆਪਣੀ ਕਵਿਤਾ ਦੀ ਸ਼ਕਲ ਲੈ ਲੈਂਦਾ ਤੇ ਇਸ ਤਰ੍ਹਾਂ ਮੇਰੇ ਕੋਲ ਕਵਿਤਾ ਆਉਂਦੀ ਹੈ ਜੀ ਹੂੰ ਹੂੰ ਮਤਲਬ ਤੁਹਾਡਾ ਕਹਿਣ ਦਾ ਪਾਬ ਵੀ ਜੋ ਵਰਤਾਰਾ ਕਵੀ ਦੇਖਦਾ ਹਨਾ ਸਮਾਜ ਚ ਅਬਜ਼ਰਵ ਕਰਦਾ ਹੈ ਨਾ ਅਬਜ਼ਰਵੇਸ਼ਨ ਉਹੀ ਮਤਲਬ ਜਿਹੜਾ ਥੌਟ ਪ੍ਰੋਸੈਸ ਨੂੰ ਜਾਂ ਉਹ ਜਿਹੜੀ ਚੀਜ਼ ਨੂੰ ਉਹ ਕਨਸੀਵ ਕਰਦਾ ਤੇ ਬਾਅਦ ਵਿੱਚ ਉਹੀ ਉਹਦੇ ਲੇਖਣੀ ਚਾਹੁੰਦੀ ਹੈ ਨਾ ਅੱਛਾ ਤੁਹਾਡੇ ਇੱਕ ਹਫ਼ਤਾਵਾਂ ਦੇ ਜਿਹੜੇ ਸਬਜੈਕਟ ਨੇ ਹੈ ਨਾ ਵਿਸ਼ੇ ਨੇ ਜੀ ਜੀ ਮਤਲਬ ਕਿਹੜੇ ਕਿਹੜੇ ਰੰਗ ਨੇ ਚ ਕਿਹੋ ਜਿਹੇ ਰੰਗ ਦੀ ਕਵਿਤਾ ਤੁਹਾਡੇ ਜ਼ਿਆਦਾ ਦਿਲ ਦੇ ਨੇੜੇ ਆ ਕਵਿਤਾ ਮੇਰੇ ਪਿਆਰ ਮੁਹੱਬਤ ਦੀ ਕਵਿਤਾ ਤੇ ਸਮਾਜਿਕ ਵਿਸ਼ਿਆਂ ਨਾਲ ਸੰਬੰਧਿਤ ਕਵਿਤਾ ਤੇ ਕੁਦਰਤ ਨਾਲ ਵੀ ਮੈਨੂੰ ਬਹੁਤ ਪਿਆਰ ਹੈ ਇਹ ਸਾਰੇ ਵਿਸ਼ੇ ਨੇ ਜਿਹੜੇ ਮੇਰੇ ਕਵਿਤਾਵਾਂ ਵਿੱਚ ਲਗਾਤਾਰ ਆਉਂਦੇ ਰਹਿੰਦੇ ਨੇ ਇੱਕ ਛੋਟੀ ਜੀ ਕਵਤਾ ਹੈਗੀ ਮੁਹੱਬਤ ਜੀ ਜੀ ਮੈਂ ਜਦ ਵੀ ਨਫ਼ਰਤ ਕੀਤੀ ਜੀ ਹਾਰਿਆ ਹਾਂ ਹਮੇਸ਼ਾ ਮੈਂ ਜਦ ਵੀ ਨਫ਼ਰਤ ਕੀਤੀ ਹਾਰਿਆ ਹਾਂ ਹਮੇਸ਼ਾ ਮੁਹੱਬਤ ਤੇਰਾ ਧੰਨਵਾਦ ਤੂੰ ਮੈਨੂੰ ਕਦੇ ਹਾਰ ਨਹੀਂ ਦਿੱਤਾ ਵਾਹ ਜੀ ਮੇਰਾ ਫਲਸਫਾ ਵੀ ਜ਼ਿੰਦਗੀ ਦਾ ਇਹੀ ਹੈ ਆਪਾਂ ਇੱਥੇ ਕੁਝ ਨਹੀਂ ਲੈ ਕੇ ਜਾਣਾ ਜੇ ਆਪਾਂ ਕਿਸੇ ਨੂੰ ਮੁਹੱਬਤ ਕਰਾਂਗੇ ਤਾਂ ਆਪਾਂ ਨੂੰ ਇੱਕ ਦੂਜੇ ਤੋਂ ਮੁਹੱਬਤ ਮਿਲਣੀ ਹੀ ਹੈ ਇਹ 'ਚ ਮੈਨੂੰ ਪੱਕਾ ਯਕੀਨ ਹੈ ਤੇ ਮੈਂ ਹਰ ਇੱਕ ਨਾਲ ਮੁਹੱਬਤ ਬਿਲਕੁਲ ਜੀ ਕਵਤਾ ਬਾਰੇ ਤੇ ਕਿਹਾ ਹੀ ਜਾਂਦਾ ਵੀ ਜਿਹੜੀ ਪਹਿਲੀ ਕਵਤਾ ਹੈ ਉਹ ਮੁਹੱਬਤ 'ਚੋਂ ਹੀ ਨਿਕਲਦੀ ਹੈ ਹਨਾ ਜੀ ਜ਼ਰੂਰੀ ਮੁਹੱਬਤ ਇੱਕ ਇਨਸਾਨ ਨਾਲ ਨਹੀਂ ਮਤਲਬ ਇਹ ਵੀ ਹੋ ਸਕਦਾ ਵੀ ਤੁਸੀਂ ਸਾਰੇ ਆਪਣੇ ਦੇਸ਼ ਨਾਲ ਆਪਣੇ ਹਨਾ ਸਭਿਆਚਾਰ ਨਾਲ ਆਪਣੇ ਵਾਤਾਵਰਣ ਕਿਸੇ ਨਾਲ ਵੀ ਤੁਸੀਂ ਮੁਹੱਬਤ ਕਰ ਸਕਦੇ ਆ ਅੱਛਾ ਮੁਹੱਬਤ ਦੀ ਗੱਲ ਚੱਲੀ ਕੋਈ ਏਦਾਂ ਦਾ ਮੁਹੱਬਤ ਦਾ ਕਿੱਸਾ ਵੀ ਹੋਇਆ ਕੋਈ ਵੀ ਜਿੱਤੋਂ ਤੁਹਾਨੂੰ ਤੁਸੀਂ ਮੁੜ ਕੇ ਕਵਤਾ ਲਿਖਣੀ ਸ਼ੁਰੂ ਕੀਤੀ ਜਾਂ ਕੋਈ ਪ੍ਰੇਰਿਤ ਹੋਏ ਕੋਈ ਜ਼ਿਕਰ ਕਰਨਾ ਚਾਹੋ ਨਹੀਂ ਇਹੇ ਜੇ ਤਾਂ ਮਤਲਬ ਮੁਹੱਬਤ ਤੁਹਾਨੂੰ ਮੈਂ ਇਹ ਕਹਿਣ ਦਾ ਭਾਵ ਕੋਈ ਮੁਹੱਬਤ ਦੀ ਛੱਟ ਵੀ ਸੀ ਕੋਈ ਨਹੀਂ ਨਹੀਂ ਇਹੇ ਜੀ ਕੋਈ ਗੱਲ ਨਹੀਂ ਹੁੰਦੀ ਦੇਖੋ ਆਪਾਂ ਜਿਹੜੇ ਸੰਵੇਦਨਸ਼ੀਲ ਲੋਕ ਹੈ ਉਹ ਹੁਣ ਆਪਾਂ ਆਪਣੀ ਸਾਂਝ ਪੈ ਗਈ ਤੇ ਕਿਤੇ ਨਾ ਕਿਤੇ ਕੋਈ ਰੱਬ ਨਾ ਕਰੇ ਆਪਣੇ ਚ ਕੋਈ ਫਰਕ ਪੈ ਜੇ ਤਾਂ ਜਿਹੜਾ ਮੁਹੱਬਤ ਕਰ ਵਾਲਾ ਕਰਨ ਵਾਲਾ ਇਨਸਾਨ ਹੈ ਤੇ ਉਹਨੂੰ ਉਹ ਗੱਲ ਜ਼ਿਆਦਾ ਮਹਿਸੂਸ ਹੁੰਦੀ ਹੈ ਤੇ ਮੇਰਾ ਮੈਂ ਇਹੀ ਮੰਨਦਾ ਵੀ ਹਰ ਇੱਕ ਨਾਲ ਤੁਹਾਨੂੰ ਮੁਹੱਬਤ ਕਰਨੀ ਚਾਹੀਦੀ ਹੈ ਤੇ ਮੁਹੱਬਤ ਤੋਂ ਬਿਨਾ ਹੈ ਵੀ ਕੀ ਜੇ ਆਪਾਂ ਕਿਸੇ ਦਾ ਦਰਦ ਸਮਝਾਂਗੇ ਕਿਸੇ ਨੂੰ ਮੁਹੱਬਤ ਕਰਾਂਗੇ ਕਿਸੇ ਰਾਹ ਚ ਜਾਂਦੇ ਕਿਸੇ ਨੂੰ ਤਕਲੀਫ ਕਿਸੇ ਦੀ ਮਹਿਸੂਸ ਕਰਾਂਗੇ ਜੇ ਆਪਾਂ ਸੰਵੇਦਨਸ਼ੀਲਾਂ ਤਾਂ ਇਹਦਾ ਕਿਤੇ ਨਾ ਕਿਤੇ ਸਮਾਜ ਨੂੰ ਵੀ ਫਾਇਦਾ ਹੈ ਸੰਵੇਦਨਸ਼ੀਲ ਬੰਦੇ ਦਾ ਸਮਾਜ ਨੂੰ ਵੱਡ ਫਾਇਦਾ ਉਹਦੇ ਨਿਜਲੀ ਹੈ ਨੁਕਸਾਨਦਾਇਕ ਚੀਜ਼ ਹੈ ਕਬੀ ਜਦੋਂ ਮੋਢਲਾ ਗੋਣੀ ਆ ਵੀ ਉਸ ਦਾ ਪਹਿਲਾ ਜਿਹੜਾ ਹਿਰਦਾ ਹੈ ਉਹ ਸੰਵੇਦਨਸ਼ੀਲ ਹੋਵੇ ਹੈਨਾ ਜੀ ਜੀ ਤੇ ਅੱਜ ਕੀ ਲੱਗਦਾ ਸਮਾਜ ਦੇ ਵਿੱਚ ਸਵੇਦਨਾ ਦੀ ਬਲੀ ਕਾਟ ਨਹੀਂ ਹੋ ਗਈ ਲੋਕਾਂ ਚ ਆਮ ਜਿਹਦੋਸੀ ਲੋਕਾਂ ਚ ਵਿੱਚ ਰਕੇ ਦੇਖਦੇ ਆ ਵੀ ਸੰਵੇਦਨਸ਼ੀਲ ਤੁਸੀਂ ਹਿਰਦੇ ਦੀ ਗੱਲ ਕੀਤੀ ਕੀ ਲੱਗਦਾ ਨਹੀਂ ਵੀ ਕੱਟ ਹੋ ਗਈ ਜਾਂ ਕਿਉਂ ਹੋ ਗਈ ਨਹੀਂ ਇਹ ਤਾਂ ਹੈ ਕਿ ਪੰਜਾਬੀਆਂ ਦਾ ਦਿਲ ਜਿਹਨੂੰ ਕਿਹਾ ਜਾਂਦਾ ਵੀ ਇਹ ਮੁਹੱਬਤਾਂ ਨਾਲ ਭਰਿਆ ਹੋਇਆ ਦਿਲ ਆ ਅੱਜ ਬੜੀ ਤਰ੍ਹਾਂ ਦਾ ਤੁਸੀਂ ਦੇਖ ਰਹੇ ਹੋ ਕਿ ਜਿਹੜਾ ਵਰਤਾਰਾ ਚੱਲ ਰਿਹਾ ਹੈ ਜੀ ਬਿਲਕੁਲ ਨਹੀਂ ਫਰਕਤ ਆ ਪਿਆ ਜੀ ਇਹ ਚ ਕੋਈ ਸ਼ੱਕ ਨਹੀਂ ਜਿਹੜੀ ਇਹ ਦੌੜ ਹੈ ਪੈਸੇ ਦੀ ਦੌੜ ਹੈ ਇਹਨੇ ਮਤਲਬ ਇਹ ਜਿਹੜੀ ਇਹਨੇ ਬੜਾ ਨੁਕਸਾਨ ਕੀਤਾ ਹੈਗਾ ਬੰਦਾ ਉਧਰ ਹੀ ਭੱਜਿਆ ਫਿਰਦਾ ਤੇ ਜਿਹੜੇ ਮਤਲਬ ਕੁਦਰਤੀ ਜਿਹੜੇ ਇਹ ਮਤਲਬ ਵਰਤਾਰੇ ਨੇ ਇਹਨਾਂ ਨੂੰ ਨੁਕਸਾਨ ਜ਼ਰੂਰ ਹੋਇਆ ਪਰ ਆਖਰ ਨੂੰ ਇਹ ਲੋਕ ਭਲੇਖੇ ਚ ਨੇ ਅਸਲ ਤਾਂ ਹੀ ਹੈ ਵੀ ਜਿਹੜਾ ਆਪਾਂ ਇੱਕ ਦੂਜੇ ਨਾਲ ਹੱਸ ਬੋਲੇ ਤੇ ਪਿਆਰ ਮੁਹੱਬਤ ਬਣਾ ਲਿਆ ਇਹੀ ਹੈ ਹੋਰ ਇਥੋਂ ਕੁਝ ਵੀ ਲੈ ਕੇ ਨਹੀਂ ਜਾਣਾ ਇਹ ਭੁਲੇਖੇ ਨੇ ਸਰ ਜੀ ਜੀ ਚਲੋ ਗੱਲਾਂ ਬਾਤਾਂ ਆਪਾਂ ਫਿਰ ਵੀ ਜਾਰੀ ਰੱਖਾਂਗੇ ਪਹਿਲਾਂ ਉਸ ਤੋਂ ਪਹਿਲਾਂ ਤੁਸੀਂ ਸਮਾਜਿਕ ਵਿਸ਼ਿਆਂ ਦੀ ਗੱਲ ਕੀਤੀ ਹਨਾ ਜੀ ਮੇਰੇ ਜਿਹੜੀ ਕਵਤਾ ਦੇ ਵਿੱਚ ਪਿਆਰ ਮੁਹੱਬਤ ਰਿਸ਼ਤੇ ਨਾਤੇ ਤੋਂ ਇਲਾਵਾ ਸਮਾਜਿਕ ਵਿਸ਼ੇ ਵੀ ਮਤਲਬ ਲਿਖ ਲਿਖ ਦਿਓ ਜੀ ਤੁਸੀਂ ਹਨਾ ਉਹਦੇ ਬਾਰੇ ਕੋਈ ਇੱਕ ਰੰਗ ਤੁਸੀਂ ਸਮਾਜਿਕ ਵਿਸ਼ੇ ਨਾਲ ਜੀ ਮੇਰੇ ਇੱਕ ਕਵਤਾ ਹੈ ਜੀ ਸ਼ੈਂਡਲਿਅਰ ਜੀ ਮਕਾਨ ਬਣੇ ਨੂੰ ਕਈ ਸਾਲ ਹੋ ਗਏ ਸਾਰਾ ਮਕਾਨ ਮੁਕੰਮਲ ਹੈ ਬਸ ਇੱਕ ਜਗ੍ਹਾ ਖਾਲੀ ਹੈ ਆਰਕੀਟੈਕਟ ਕਹਿੰਦਾ ਸੀ ਸ਼ੈਂਡਲিয়ার ਲਈ ਛੱਡੀ ਹੈ ਤਾਰਾਂ ਲੰਮਕ ਰਈਆਂ ਨੇ ਉਹ ਮੰਗ ਕਰਦੀਆਂ ਸ਼ੈਂਡਲিয়ার ਲੱਗ ਜਾਵੇ ਪਰ ਮੇਰਾ ਓਕਾ ਵੀ ਚਿੱਤ ਨਹੀਂ ਕਰਦਾ ਸ਼ੈਂਡਲিয়ার ਲਾਉਣ ਨੂੰ ਹੁਣ ਤਾਂ ਘਰ ਦੇ ਵੀ ਹੰਬ ਗਏ ਕਿਆ ਕਹਿ ਕੇ ਪਰ ਮੇਰੇ ਤੋਂ ਸ਼ੈਂਡਲियर ਨਹੀਂ ਲੱਗਿਆ ਸ਼ੈਂਡਲियर ਕਦੇ ਵੀ ਮੈਨੂੰ ਖੁਸ਼ੀ ਖਿੜੇ ਜਾਂ ਰੋਸ਼ਨੀ ਦਾ ਪ੍ਰਤੀਕ ਨਹੀਂ ਲੱਗਿਆ ਸਗੋਂ ਗਰੀਬ ਨੂੰ ਚੜਾਉਂਦਾ ਸਤਾਉਂਦਾ ਲੱਗਿਆ ਅਮੀਰ ਤੇ ਗਰੀਬ ਦੇ ਪਾੜੇ ਨੂੰ ਵਧਾਉਂਦਾ ਇੱਕ ਸੂਚਕ ਲੱਗਿਆ ਹੁਣ ਮੇਰੇ ਤੇ ਸ਼ੈਂਡਲियर ਵਿੱਚ ਪਾੜਾ ਵਧਦਾ ਜਾ ਰਿਹਾ ਤੇ ਮੈਂ ਮੰਨਦਾ ਮੇਰੇ ਤੋਂ ਸ਼ੈਂਡਲियर ਨਹੀਂ ਲੱਗਣਾ ਵਾਹ ਜੀ ਵਾਹ ਬਹੁਤ ਖੂਬਸੂਰਤ ਖਿਆਲ ਬਹੁਤ ਡੂੰਘਾਈ ਨਾਲ ਤੁਸੀਂ ਜਿਹੜੇ ਮੰਦਿਰ ਦੇ ਜਿਹੜੇ ਮੰਨ ਦੇ ਕਹ ਲੋ ਸੁਖਮ ਭਾਵਾਂ ਨਾਲ ਜਿਹਦੇ ਹਿਰਦੇ ਦੀ ਹੈਨਾ ਸਾਰੀ ਗੱਲ ਨੂੰ ਬੜੇ ਸੋਹਣੇ ਢੰਗ ਨਾਲ ਤੁਸੀਂ ਪੇਸ਼ ਕੀਤਾ ਤੇ ਆਪਾਂ ਅੱਛਾ ਇਹ ਰਿਸ਼ਤੇ ਨਾਤਿਆਂ ਬਾਰੇ ਵੀ ਤੁਸੀਂ ਕੋਈ ਕਵਤਾ ਲਿਖੀ ਹੈਨਾ ਉਹਦੇ ਬਾਰੇ ਵੀ ਸਾਡੇ ਨਾਲ ਸਾਂਝ ਪਾਓ ਜਿਹੜੇ ਸਮਾਜਿਕ ਕਿਉਂਕਿ ਅੱਜ ਸਭ ਤੋਂ ਵੱਧ ਜੇ ਕੋਈ ਚੈਲਿੰਜਿੰਗ ਚੀਜ਼ ਹੋਗੀ ਤਾਂ ਰਿਸ਼ਤੇ ਨਾਤੇ ਹੋਗੇ ਨੇ ਹੈਨਾ ਹਾਲਾਂਕਿ ਜਿਹੜੇ ਜਿਹੜੀ ਕੜੀ ਸਭ ਤੋਂ ਕਿਸੇ ਸਮੇਂ ਦੇ ਵਿੱਚ ਮਜ਼ਬੂਤ ਸੀਗੀ ਅੱਜ ਸਭ ਤੋਂ ਵੱਧ ਕਮਜ਼ੋਰ ਸ਼ਾਇਦ ਉਹੀ ਹੋ ਗਈ ਹੈ ਨਾ ਉਹਦੇ ਬਾਰੇ ਜੇ ਤੁਹਾਡੇ ਕੋਲ ਤੁਸੀਂ ਲਿਖੀ ਨੇ ਕੋਈ ਵਿਚਾਰ ਕੋਈ ਕਵਿਤਾ ਨਜ਼ਮ ਉਹ ਵੀ ਸਾਡੇ ਦਰਸ਼ਕਾਂ ਨਾਲ ਸਾਂਝੀ ਕਰੋ ਕਿਉਂਕਿ ਮੇਰੀ ਕੋਸ਼ਿਸ਼ ਆ ਵੀ ਗੱਲਾਂ ਬਾਤਾਂ ਤਾਂ ਚਲੋ ਹੋਣਗੀਆਂ ਕੁਛ ਨਾ ਕੁਛ ਕੁਝ ਨਾ ਕੁਝ ਜਾਂ ਵੱਧ ਤੋਂ ਵੱਧ ਜਿਹੜੀ ਸਾਂਝਾ ਤੁਹਾਡੀ ਕਵਿਤਾ ਦੀ ਸਾਡੇ ਦਰਸ਼ਕਾਂ ਦੇ ਨਾਲ ਜੀ 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 ਇੱਕ ਮੇਰੀ ਕਵਿਤਾ ਹੈ ਉਮਰਵਧਨ ਨਾਲ ਜੀ ਜੀ ਉਮਰ ਵਧਨ ਨਾਲ ਬਹੁਤ ਕੁਝ ਬਦਲਦਾ ਹੈ ਜੀ ਉਮਰ ਵਧਨ ਨਾਲ ਬਹੁਤ ਕੁਝ ਬਦਲਦਾ ਹੈ ਫਿਰ ਚੂਰੀ ਨਾਲ ਗੜੁੱਛ ਹੱਥ ਸੁਪਨੇ ਵਿੱਚ ਨਹੀਂ ਆਉਂਦੇ ਵਾਜੀ ਫਿਰ ਧੀ ਦੇ ਘਰ ਆਉਣ ਦਾ ਫਿਕਰ ਮੁੰਡੇ ਦੇ ਉਲਾਂਬੇ ਦਾ ਡਰ ਰਹਿੰਦਾ ਹੈ ਉਮਰ ਵਧਨ ਨਾਲ ਹਰ ਚੀਜ਼ ਨੂੰ ਦੇਖਣ ਦੀ ਦ੍ਰਿਸ਼ਟੀ ਬਦਲ ਜਾਂਦੀ ਹੈ ਔਰਤ ਵੱਧ ਸਤਿਕਾਰਤ ਲੱਗਦੀ ਹੈ ਸੰਸਕਾਰਾਂ ਦੀ ਗੱਲ ਤੁਰਦੀ ਹੈ ਫਿਰ ਅਣਪੋਲ ਉਮਰਾਂ ਚ ਹੋਈਆਂ ਗਲਤੀਆਂ ਲੁਕੋ ਕੇ ਸੰਸਕਾਰਾਂ ਦੇ ਪਾਠ ਪੜ੍ਹਾਏ ਜਾਂਦੇ ਨੇ ਮੱਤਾਂ ਦਿੱਤੀਆਂ ਜਾਂਦੀਆਂ ਨੇ ਹਰ ਚੰਗੀ ਗੱਲ ਬੱਚਿਆਂ ਦੇ ਕੰਨੀ ਪਾਈ ਜਾਂਦੀ ਹੈ ਹੀਰ ਰਾਂਝਾ ਸੱਸੀ ਪੁੰਨੂ ਮਿਰਜ਼ਾ ਸਾਹਿਬਾ ਦੇ ਕਿੱਸਿਆਂ ਦੀ ਕੰਸੋ ਵੀ ਨਹੀਂ ਲੱਗਣ ਦਿੱਤੀ ਜਾਂਦੀ ਅੰਨੇਵਾ ਪੜਨ ਦੀਆਂ ਮੱਤਾਂ ਦਿੱਤੀਆਂ ਜਾਂਦੀਆਂ ਨੇ ਆਪਣੀ لیاقت ਦੇ ਝੂਠੇ ਢੋਲ ਵਜਾਏ ਜਾਂਦੇ ਨੇ ਕੰਦਲਾ ਸਮਾਜ ਸਿਰਜ ਕੇ ਚਰਿੱਤਰ ਨਿਰਮਾਣ ਦੀਆਂ ਗੱਲਾਂ ਕੀਤੀਆਂ ਜਾਂਦੀਆਂ ਨੇ ਹਰ ਸ਼ਹਿ ਵੇਚ ਕੇ ਜ਼ਮੀਰ ਦੀਆਂ ਵਾਤਾਂ ਪਾਈਆਂ ਜਾਂਦੀਆਂ ਨੇ ਪੂਜਾ ਪਾਠ ਕਰਨ ਦੀਆਂ ਮੱਤਾਂ ਦਿੱਤੀਆਂ ਜਾਂਦੀਆਂ ਨੇ ਧਰਮ ਗ੍ਰੰਥ ਬੱਚਿਆਂ ਨਾਲ ਬੰਨੇ ਜਾਂਦੇ ਨੇ ਇੰਨੀਆਂ ਮੱਤਾਂ ਦੇਣ ਵਾਲੇ ਇਨੀਆਂ ਮੱਤਾਂ ਦੇਣ ਵਾਲੇ ਆਪ ਹੀ ਗੰਦਲਾ ਸਮਾਜ ਸਿਰਜ ਕੇ ਆਪ ਹੀ ਆਪਣੀ ਪਿੱਠ ਥੱਪ ਥਪਾਈ ਜਾਂਦੇ ਨੇ ਉਮਰ ਵਧਨਾਂ ਬਹੁਤ ਕੁਝ ਬਦਲਦਾ ਫਿਰ ਚੂਰੀ ਨਾ ਗੜੋ ਚੱਥ ਹੱਥ ਸੁਪਨੇ ਵਿੱਚ ਨਹੀਂ ਆਉਂਦੇ ਵਾਹ ਜੀ ਵਾਹ ਬਹੁਤ ਖੂਬ ਬੜੀ ਸੋਹਣੀ ਤਰੀਕੇ ਨਾਲ ਤੁਸੀਂ ਸਮਾਜ ਦੀ ਜਿਹੜੀ ਗੰਦਲੀ ਹੋ ਰਹੀ ਤਸਵੀਰ ਕਹ ਲੋ ਸਖਸ ਨੂੰ ਬੜੇ ਬਖੂਬੀ ਤੁਸੀਂ ਪੇਸ਼ ਕੀਤਾ ਹਨ ਤੇ ਅੱਛਾ ਕਵਿਤਾ ਤੋਂ ਇਲਾਵਾ ਤੁਸੀਂ ਅਨਵਾਦ ਦੇ ਖੇਤਰ ਦੇ ਵਿੱਚ ਵੀ ਕਦਮ ਰੱਖਿਆ ਤੁਸੀਂ ਹਨਾ ਕੋਸ਼ਿਸ਼ ਕਰੀ ਹੈ ਮੇਰੇ ਹੱਥ ਵਿੱਚ ਕਿਤਾਬ ਆ ਮਨੁੱਖ ਜਿਵੇਂ ਸੋਚਦਾ ਹੈ ਹਨਾ ਇਸ ਕਿਤਾਬ ਨੂੰ ਤੁਸੀਂ ਅਨਵਾਦ ਕੀਤਾ ਜਿਹੜਾ ਇਹ ਸਬਬ ਕਿਵੇਂ ਬਣਿਆ ਤੇ ਕਦੋਂ ਬਣਿਆ ਤੇ ਇਹ ਲੋਕਡਾਊਨ ਦੇ ਸਮੇਂ ਕਿਤਾਬ ਘਰੇ ਆਈ ਸੀਗੀ ਤੇ ਜਦੋਂ ਮੇਰੇ ਹੱਥ ਲੱਗੀ ਤੇ ਮੈਂ ਪੜ੍ਹੀ ਮੈਨੂੰ ਬੜੀ ਵਧੀਆ ਲੱਗੀ ਤੇ ਮੈਂ ਕਿਤੇ ਨਾ ਕਿਤੇ ਮੇਰੇ ਦਿਲ ਚ ਹੈ ਵੀ ਸੀ ਵੀ ਮੈਂ ਅਨੁਵਾਦ ਕਰਾਂ ਤੇ ਮੈਂ ਇਹਦੀ ਫਿਰ ਅਨੁਵਾਦ ਕਰਨ ਦੀ ਕੋਸ਼ਿਸ਼ ਕੀਤੀ ਤੇ ਇਹ ਸਬਜੈਕਟ ਬਹੁਤ ਵਧੀਆ ਸੀਗਾ ਇਹਦੇ ਨਾਲ ਮਤਲਬ ਜਿਹੜੇ ਸਟੂਡੈਂਟ ਨੇ ਉਹਨਾਂ ਨੂੰ ਬੜਾ ਅੱਗਾ ਵਧੂ ਸੋਚਨ ਵਾਲੇ ਇਹ ਪੋਜ਼ਿਟਿਵ ਥਿੰਕਿੰਗ ਨਾਲ ਇਹ ਕਿਤਾਬ ਲਿਖੀ ਗਈ ਹੈ ਜੇਨ ਜ਼ੈਨ ਐਰਲਨ ਵੱਲੋਂ ਤੇ ਮੈਂ ਆਪਣੇ ਆਪ ਨੂੰ ਰੋਕ ਨਹੀਂ ਸਕਿਆ ਤੇ ਮੈਂ ਇਹ ਅਨੁਵਾਦ ਫਿਰ ਕਰਨ ਦਾ ਨਿਰਣੈ ਕੀਤਾ ਤੇ ਬੜੀ 50 ਕਿ ਪੇਜਾਂ ਦੀ ਕਿਤਾਬ ਹੈ ਬੜੀ ਖੂਬਸੂਰਤ ਬਣੀ ਇਹ ਫਿਰ ਤੁਸੀਂ ਕਿਸੇ ਤੋਂ ਸਹਾਇਤਾ ਵੀ ਲਈ ਕੋਈ ਇਹਦੀ ਸੁਪਰਵੀਜ਼ਨ ਵੀ ਲਈ ਕਿ ਤੁਹਾਨੂੰ ਮਤਲਬ ਇਹ ਕਿਵੇਂ ਅਨੁਵਾਦ ਵਾਲ ਕਿਵੇਂ ਹੋ ਗਿਆ ਬਨਵਾਦ ਕਰਨਾ ਮੇਰਾ ਇੱਕ ਮਿੱਤਰ ਹੈ ਹਰਦੀਪ ਸੱਬਰਵਾਲ ਜੀ ਤੇ ਮੈਂ ਦੋ ਕ ਕਵਿਤਾਵਾਂ ਆਪਣੀਆਂ ਪੰਜਾਬੀ ਤੋਂ ਅੰਗਰੇਜ਼ੀ ਚ ਅਨੁਵਾਦ ਕੀਤੀਆਂ ਤੇ ਮੈਂ ਉਹਨੂੰ ਪੜhaiਆਂ ਤੇ ਉਹ ਕਹਿੰਦਾ ਵੀ ਠੀਕ ਨੇ ਉਹ ਐਵੇਂ ਇੰਗਲਿਸ਼ ਹੈ ਤੇ ਉਹ ਕਹਿੰਦਾ ਵੀ ਠੀਕ ਨੇ ਵੀ ਗੱਲ ਬਣ ਜਾਣੀ ਹੈ ਹੂੰ ਤੇ ਉਹ ਬਸ ਉਹਨੇ ਉਤਸ਼ਾਹ ਦਿੱਤਾ ਫਿਰ ਮੈਂ ਡਾਕਟਰ ਮਜੀਦ ਕੌਮਕੇ ਉਹਨਾਂ ਨੂੰ ਵੀ ਦੇਖਦਾ ਰਹਿੰਦਾ ਸੀ ਵੀ ਇਹ ਅਨੁਵਾਦ ਇੰਨਾ ਤੋਂ ਨਾਲ ਵੀ ਗੱਲਬਾਤ ਹੁੰਦੀ ਸੀ ਜੀ ਤੇ ਉਹ ਬਣ ਗਿਆ ਇਸ ਬਾਬਤ ਤੇ ਮੈਂ ਲੋਕਡਾਊਨ ਦੌਰਾਨ ਇਹ ਹੂੰ ਅਨੁਵਾਦ ਦਾ ਕਾਰਜ ਕਿਤਨੀ ਬਹੁਤ ਚੰਗੀ ਕੋਸ਼ਿਸ਼ ਹੈ ਜੀ ਅੱਛਾ ਹੋਰ ਇਹ ਕੀ ਨਵਾਂ ਲਿਖ ਰਹੇ ਹੋ ਜਾਂ ਨਵਾਂ ਹੋਰ ਕੀ ਪ੍ਰੋਜੈਕਟ ਆ ਇਕ ਕੋਈ ਤਾਂ ਜੀ ਕਾ ਉਹੀ ਕੁਦਰਤ ਵੱਲੋਂ ਹੀ ਆ ਜੀ ਹਜੇ 2 ਸਾਲ ਹੋ ਗਏ ਹਫਤਾ ਦੀ ਕਿਤਾਬ ਆਏ ਨੂੰ ਚੁੱਪ ਦੀ ਕਥਾ ਜੀ ਤੇ ਮੁਹੱਬਤ ਹਜੇ ਵੀ ਲਗਾਤਾਰ ਮਿਲ ਰਹੀ ਹੈ ਤੇ 40 45 ਉਸ ਦੇ ਰਿਵਿਊਜ਼ ਪਾਠਕਾਂ ਵੱਲੋਂ ਮੇਰੇ ਕੋਲ ਆ ਗਏ ਵਾਹ ਜੀ ਵਾਹ ਤੇ ਮੁਹੱਬਤ ਮਿਲ ਰਹੀ ਹੈ ਜੀ ਤੇ ਹੌਲੀ ਹੌਲੀ ਜਿਵੇਂ ਜਿਵੇਂ ਹਫਤਾ ਆਈ ਜਾਊਗੀ ਹਜੇ ਕੋਈ ਪਲਾਨ ਤਾਂ ਕੋਈ ਨਹੀਂ 2 ਸਾਲ ਚ ਮੈਂ ਹਜੇ 13 14 ਕਵਿਤਾਵਾਂ ਲਿਖੀਆਂ ਨੇ ਜੀ ਤੇ ਇਹਨੂੰ ਸਮਾਂ ਲੱਗਦਾ ਹੁੰਦਾ ਘੱਟੋ ਘੱਟ 5 ਸਾਲ ਹੋਰ ਲੱਗਣਗੇ ਜੀ ਅਗਲੀ ਕਿਤਾਬ ਲਈ ਜੀ ਜੀ ਤੁਸੀਂ ਪਾਠਕਾਂ ਦੇ ਰਿਵਿਊ ਦੀ ਗੱਲ ਕੀਤੀ ਹੈ ਨਾ ਮੇਰਾ ਆਖਰੀ ਸਵਾਲ ਆ ਉਸ ਤੋਂ ਬਾਅਦ ਅੱルトੋ ਕਪਤਾ ਸੁਣਨੀ ਤੇ ਫਿਰ ਆਪਾਂ ਇਸ ਗੱਲਬਾਤ ਨੂੰ ਸਮੇਟ ਦੇਣਾ ਤੇ ਵੀ ਜਿਸ ਤਰ੍ਹਾਂ ਕਿਹਾ ਜਾਂਦਾ ਵੀ ਅੱਜ ਦੀ ਜਿਹੜੀ ਪੀੜ੍ਹੀ ਆ ਇਹ ਸਾਹਿਤ ਤੋਂ ਦੂਰ ਜਾ ਰਹੀ ਹੈ ਨਾ ਜਾਂ ਟੁੱਟਦੀ ਜਾਂਦੀ ਹੈ ਕੀ ਲੱਗਦਾ ਕੀ ਕਾਰਨ ਨੇ ਕੌਣ ਜ਼ਿੰਮੇਵਾਰ ਆ ਜਾਂ ਅਸੀਂ ਪੀੜ੍ਹੀ ਨੂੰ ਕਿੱਦਾਂ ਜੋੜੀਏ ਵੀ ਲਿਟਰੇਚਰ ਨਾਲ ਜੁੜੇ ਰਹਿਣ ਗੱਲ ਇਹੀ ਹੈ ਜੀ ਜ ਜਦੋਂ ਅਸਲ 'ਚ ਕਿਤਾਬਾਂ ਕੋਈ ਕੋਈ ਕਿਤਾਬ ਪਾਠਕ ਖਰੀਦਦਾ ਤੇ ਫਿਰ ਉਹਦੇ ਹੱਥ ਜੇ ਉਹ ਕਿਤਾਬ ਕੋਈ ਮਾੜੀ ਕਿਤਾਬ ਲੱਗ ਜਾਂਦੀ ਹੈ ਤੇ ਫਿਰ ਉਹ ਕਿਤਾਬ ਤੋਂ ਨਿਰਾਸ਼ ਹੋ ਜਾਂਦਾ ਹੈ ਉਹ ਇੱਕ ਵਾਰ ਤਾਂ ਉਹ ਖਰੀਦ ਲੈਂਦਾ ਮੁੜ ਕੇ ਉਹ ਫਿਰ ਫੇਰ ਖਰੀਦਣ ਦੀ ਹਿੰਮਤ ਨਹੀਂ ਕਰਦਾ ਤੇ ਉਹਦੇ ਨਾਲ ਪਾਠਕ ਟੁੱਟਦਾ ਹੈ ਤੇ ਇਹ ਕਿਸੇ ਤਰ੍ਹਾਂ ਦਾ ਕੋਈ ਮਾਪਦੰਡ ਜ਼ਰੂਰ ਹੋਣਾ ਚਾਹੀਦਾ ਵੀ ਕਿਤਾਬ ਪਹਿਲਾਂ ਸੀਨੀਅਰ ਨੂੰ ਦਿਖਾ ਕੇ ਵੀ ਇਹ ਛਪਣਯੋਗ ਹੈਗੀ ਹੈ ਤਾਂ ਹੀ ਛਪਣੀ ਚਾਹੀਦੀ ਹੈ ਅਸਲ 'ਚ ਥੋੜੀ ਜੀ ਕਾਲ ਅੱਜਕੱਲ ਬੜੀ ਹੋਈ ਪਈ ਹੈ। ਸਹਿਦ ਜੀ ਨੂੰ ਕਹਦੇ ਨੇ ਵੀ ਉਹ ਨਹੀਂ ਬੇਤੁਕਾ ਲਿਖਣਾ ਚਾਹੀਦਾ ਜਾਂ ਜਿਵੇਂ ਅੱਜਕੱਲ ਸਾਡੇ ਕੋ ਮਾਧਿਅਮ ਵੀ ਬਹੁਤ ਆ ਗਏ ਨੇ ਨਾ ਜਿਵੇਂ ਸੋਸ਼ਲ ਮੀਡੀਆ ਉੱਥੇ ਹਰ ਬੰਦਾ ਹੀ ਕਵੀ ਆ। ਜੀ 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 ਹਾਂ ਜੀ ਇਹ ਸਿੱਖਣ ਦਾ ਹੀ ਪ੍ਰੋਸੈਸ ਹੈ ਸਾਡਾ ਵੀ ਅਸੀਂ ਵੀ ਸਿੱਖੇ ਰਹੇ ਹਾਂ ਹਜੇ ਤੇ ਸ਼ੁਰੂਆਤੀ ਦੌਰ ਹੈ ਪਰ ਫਿਰ ਵੀ ਇਹ ਥੋੜਾ ਜਿਹਾ ਕੋਸ਼ਿਸ਼ ਕਰਨੀ ਚਾਹੀਦੀ ਹੈ ਵੀ ਆਪਾਂ ਪੱਕੇ ਪੈਰੀਓ ਆਈਏ ਥੋੜਾ ਜਿਹਾ ਟਾਈਮ ਦਿੱਤਾ ਜਾਵੇ ਤੇ ਕਾਲੀ ਕਰਨ ਦੀ ਲੋੜ ਨਹੀਂ ਹੁੰਦੀ ਜੀ 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 ਸੋ ਆਪਾਂ ਹੁਣ ਗੱਲਬਾਤ ਨੂੰ ਸਮੇਟੀ ਉਸ ਤੋਂ ਪਹਿਲਾਂ ਤੁਸੀਂ ਕੋਈ ਇੱਕ ਜਿਹੜੀ ਆਪਣੀ ਨਜ਼ਮ ਜਾਂ ਕੋਈ ਪੋਤਾ ਜ਼ਰੂਰ ਸਾਡੇ ਨਾਲ ਸਾਂਝ ਪਾਓ ਜੀ 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 ਇੱਕ ਕਵਤਾ ਹੈ ਜੀ ਜੇ ਤੂੰ ਅੱਜ ਵੀ ਚਾਹੇ ਜੀ ਜੇ ਤੂੰ ਅੱਜ ਵੀ ਚਾਹੇ ਤਾਂ ਸਭ ਹੱਲ ਹੋ ਸਕਦਾ ਹੈ ਜੀ ਆਖਰੀ ਸਾਹਾਂ ਤੇ ਹੈ ਜੋ ਰਿਸ਼ਤਾ ਉਹ ਫਿਰ ਹੋ ਸਕਦਾ ਵਾਹ ਜੀ ਵਾਹ ਬਹੁਤ ਖੂਬ ਜੇ ਤੂੰ ਅੱਜ ਵੀ ਚਾਹੇ ਤਾਂ ਸਭ ਹੱਲ ਹੋ ਸਕਦਾ ਹੈ ਆਖਰੀ ਸਾਹਾਂ ਤੇ ਜੋ ਰਿਸ਼ਤਾ ਉਹ ਫਿਰ ਹੋ ਸਕਦਾ ਜੇ ਤੂੰ ਹਟ ਕਰਨਾ ਤਾਂ ਕਰ ਲੈ ਏਸ਼ਕ ਤੇਰੀ ਮਰਜ਼ੀ ਜੇ ਤੂੰ ਹੱਠ ਕਰਨਾ ਤਾਂ ਕਰ ਲੈ ਬੇਸ਼ੱਕ ਤੇਰੀ ਮਰਜ਼ੀ ਪਰ ਬੇਗੁਨਾ ਬ ਇੱਜ਼ਤ ਬਰੀ ਤਾਂ ਅੱਜ ਵੀ ਹੋ ਸਕਦਾ ਵਾਹ ਜੀ ਵਾਹ ਬਹੁਤ ਖੂਬ ਬਹੁਤ ਖੂਬਸੂਰਤ ਖੂਬਸੂਰਤੀ ਤੇਰੀ ਦਿਖਦੀ ਬਾਰੀ ਇਹ ਤਾਂ ਸਭ ਜਾਣਦੇ ਤੇਰਾ ਦਿਲ ਵੀ ਖੂਬਸੂਰਤ ਹੋਵੇ ਇਹ ਵੀ ਤਾਂ ਹੋ ਸਕਦਾ ਬਿਲਕੁਲ ਬਿਲਕੁਲ ਜ਼ਰੂਰੀ ਹੈ ਕਿ ਇਨਸਾਨ ਥੋੜਾ ਰਮਲਾ ਕਮਲਾ ਹੋਵੇ ਜ਼ਰੂਰੀ ਹੈ ਇਨਸਾਨ ਥੋੜਾ ਕਮਲਾ ਰਮਲਾ ਹੋਵੇ ਬਹੁਤਾ ਸਿਆਣਾ ਤਾਂ ਛੇਤੀ ਪਾਗਲ ਵੀ ਹੋ ਸਕਦਾ ਵਾਹ ਜੀ ਵਾਹ ਬਹੁਤ ਖੂਬਸੂਰਤ ਗੱਲ ਹੈ ਜੀ ਬਹੁਤ ਖੂਬਸੂਰਤ ਵਿਚਾਰ ਤੁਹਾਡੇ ਜੀ 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 ਧੰਨਵਾਦ ਸੋ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਸਮਾਂ ਦਿੱਤਾ ਗੱਲਾਂ ਬਾਤਾਂ ਹੋਈਆਂ ਫਿਰ ਕੋਸ਼ਿਸ਼ ਕਰਾਂਗੇ ਕਿਤੇ ਕਿਸੇ ਹੋਰ ਪ੍ਰੋਗਰਾਮ ਦੇ ਵਿੱਚ ਆਪਾਂ ਮਿਲ ਜਾਈਏ ਹੋਰ ਗੱਲਾਂ ਬਾਤਾਂ ਕਰੀਏ ਹੋਰ ਤੁਹਾਡੀ ਕਵਤਾ ਨੂੰ ਸੁਣੀਏ ਤੇ ਆਪਣੇ ਦਰਸ਼ਕਾਂ ਨੂੰ ਸੁਣਾਈਏ ਸੋ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਗੁਰਦੇਵ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਹਾਡੀ ਸਾਰੀ ਟੀਮ ਦਾ ਬਹੁਤ ਧੰਨਵਾਦ ਜੀ ਬਿਲਕੁਲ ਸਾਡੀ ਹਮੇਸ਼ਾ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਜਿੱਥੇ ਜਿਹੜੇ ਵੀ ਖੇਤਰ ਦੇ ਵਿੱਚ ਕਿਸੇ ਨਾਲ ਅਸੀਂ ਗੱਲਬਾਤ ਕਰੀਏ ਜਿੱਥੇ ਉੱਥੇ ਹੰਡੇ ਹੋਏ ਲੋਕਾਂ ਦੀ ਪੁਰਾਣੇ ਲੋਕਾਂ ਨਾਲ ਗੱਲਬਾਤ ਕਰੀ ਉੱਥੇ ਨਵੇਂ ਜਿਹੜੇ ਸਾਡੇ ਹਨ ਉਹਨਾਂ ਦੀ ਵੀ ਅਸੀਂ ਹੌਸਲਾ ਅਫਜ਼ਾਈ ਕਰੀ ਉਹਨਾਂ ਨੂੰ ਮਿਲੀਏ ਉਹਨਾਂ ਦੇ ਵੀ ਵਿਚਾਰ ਜਿਹੜੇ ਉਹ ਦਰਸ਼ਕਾਂ ਸਾਹਮਣੇ ਪੇਸ਼ ਕਰੀਏ ਸੋ ਬਹੁਤ ਧੰਨਵਾਦ ਜੀ ਧੰਨਵਾਦ ਸੋ ਦਰਸ਼ਕੋ ਇਹ ਸਨ ਨਵਦੀਪ ਸਿੰਘ ਮੁੰਡੀ ਹੁਣੀ ਤੇ ਬਹੁਤ ਅੱਛੀ ਕਵੀ ਨੇ ਜਿਵੇਂ ਮੈਂ ਦੱਸਿਆ ਸੀ ਬਹੁਤ ਅੱਛੇ ਪਿਆਰੇ ਇਨਸਾਨ ਨੇ ਸੋ ਅੱਜ ਦੇ ਪ੍ਰੋਗਰਾਮ ਵਿੱਚ ਇਨਾ ਹੀ ਤੁਸੀਂ ਦੇਖਦੇ ਰਹੋ ਪਲੱਸ ਟੀਵੀ ਧੰਨਵਾਦ